ਲਓ ਜੀ, ਅੱਜ ਸ਼ਰਮਾ ਰੈਸਟੋਰੈਂਟ ਦੀ ਬੋਲੀ ਹੋਣ ਜਾ ਰਹੀ ਆ, ਜਿਹਦੇ ਵਿੱਚ ਬਹੁਤ ਹੀ ਮਹਾਨ ਹਸਤੀਆਂ ਪਹੁੰਚੀਆਂ ਨੇ। ਸਰਦਾਰ ਬੁੱਟਰ, ਗੁਰਸੇਵਕ ਸਿੰਘ ਜੋ ਕਿ ਸਾਡੇ ਪਿੰਡ ਦੇ ਸਰਪੰਚ ਨੇ, ਲੱਕੀ ਗਰੇਵਾਲ ਜੋ ਕਿ ਗਿੱਲ ਸਾਹਿਬ ਬੈਠੇ ਨੇ, ਬਹੁਤ ਮਹਾਨ ਹਸਤੀਆਂ। ਇਹਦੀ ਬੋਲੀ ਜੋ ਕਿ ਸਰਕਾਰ ਕੋਲ ਪਈ, ਸਰਕਾਰ ਦੇ ਨਿਯਮਾਂ ਦੌਰਾਨ ਪਈ ਆ, ਇਹ 10 ਲੱਖ ਹੈਲੋ ਜੱਗੀ ਵੀਰੇ, ਵਧੀਆ ਵੀਰੇ, ਤੂੰ ਸੁਣਾ। ਮੇਰੀ ਫਾਈਲ ਦਾ ਕੁਛ ਬਣਿਆ ਯਾਰ, ਵੀਰਾ ਬਣ ਕੇ ਯਾਰ ਮੇਰੇ ਲੋਨ ਦਾ ਕੰਮ ਕਰਾ ਦੇ, ਨਹੀਂ ਤਾਂ ਮੇਰਾ ਸਭ ਕੁਛ ਡਿੱਗ ਜਾਣਾ ਯਾਰ, ਮੇਰਾ ਪਰਿਵਾਰ ਸੜਕ 'ਤੇ ਆ ਜਾਣਾ। ਵੀਰੇ ਯਾਰ, ਤੇਰਾ ਲੋਨ ਨਹੀਂ ਹੋਣਾ, ਨਾ ਤਾਂ ਤੇਰੇ ਕੋਲ ਘਰ ਆ ਹੁਣ, ਘਰ ਤੇਰਾ ਵਿਕ ਗਿਆ, ਰੈਸਟੋਰੈਂਟ ਤੇਰਾ ਉਹ ਵਿਕਣ ਨੂੰ ਪਿਆ, ਤੇਰੇ ਕੋਲ ਕੋਈ ਹੋਰ ਪ੍ਰੋਪਰਟੀ ਨਹੀਂ ਹੈਗੀ। ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਲੋਨ ਨਹੀਂ ਹੋਣਾ ਤੇਰਾ, ਅਤੇ ਮੈਨੂੰ ਵਾਰ ਵਾਰ ਪਲੀਜ਼ ਤੰਗ ਨਾ ਕਰ, ਮੈਂ ਤੇਰੀ ਕੋਈ ਹੈਲਪ ਨਹੀਂ ਕਰ ਸਕਦਾ ਹੁਣ ਇਸ ਕੰਮ ਦੇ ਵਿੱਚ। ਪਲੀਜ਼ ਹੁਣ ਫੋਨ ਨਾ ਕਰੀ ਯਾਰ, ਮੈਂ ਬਥੇਰਾ ਟਰਾਈ ਕਰ ਲਿਆ, ਨਹੀਂ ਹੋ ਸਕਦਾ ਤੇਰਾ ਕੰਮ। ਓਕੇ ਬਾਈ। ਹੈਲੋ ਭਾਬੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਵਧੀਆ ਜੀ। ਉਹ ਗਿੱਲ ਹੈਗਾ ਘਰੇ? ਨਹੀਂ ਭਾਜੀ, ਉਹ ਤਾਂ ਜੌਬ ਤੇ ਗਏ। ਮੈਂ ਉਹਨੂੰ ਫੋਨ ਵੀ ਕਰ ਰਿਹਾ ਸੀ, ਨੰਬਰ ਨਹੀਂ ਲੱਗ ਰਿਹਾ, ਉਹਨੇ ਗੱਲ ਕੀਤੀ ਹੋਣੀ ਨਾ, ਮੈਨੂੰ ਥੋੜੇ ਪੈਸਿਆਂ ਦੀ ਲੋੜ ਸੀਗੀ। ਉਹ ਜੌਬ ਤੇ ਨੇ ਇਸ ਟਾਈਮ ਤੇ, ਇਹਦੇ ਨੰਬਰ ਜਿਹੜਾ ਉਹਨਾਂ ਦਾ ਬਿਜ਼ੀ ਹੋਏ, ਕਿਤੇ ਬਿਜ਼ੀ ਹੋਣਗੇ ਤਾਂ ਹੀ ਤੁਹਾਨੂੰ ਕਾਲ ਕੀਤੀ। ਬਸ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਕੋਲ ਪੈਸੇ ਹੋਣਗੇ। ਚਲੋ ਠੀਕ ਹੈ ਭਰਜਾਈ, ਜਦੋਂ ਆਪਸ ਵਿੱਚ ਗੱਲਬਾਤ ਕਰ ਲਓ, ਜਾਗਾ ਬੈਟਰ ਹੈ। ਚਲੋ ਮੈਂ ਕਰਦਾ ਨੰਬਰ ਟ੍ਰਾਈ, ਪਰ ਜੇ ਆ ਗਏ ਘਰੇ ਤਾਂ ਕਹਿਣ ਮੈਨੂੰ ਇੱਕ ਵਾਰੀ ਕਾਲ ਕਰ ਲਓ, ਠੀਕ ਹੈ ਨਾ? ਮੈਂ ਠੀਕ ਹੈ ਭਾਜੀ, ਮੈਸੇਜ। ਠੀਕ ਹੈ ਭਾਬੀ। ਹਜੇ ਸਾਰੇ ਸਾਥ ਛੱਡ ਗਏ ਯਾਰ, ਇੰਨੀਆਂ ਕੱਚੀਆਂ ਹੋ ਗਈਆਂ ਯਾਰੀ। ਸਰ, ਤੁਹਾਨੂੰ ਇੱਕ ਗੱਲ ਕਹਿਣੀ ਸੀ ਜੀ। ਸਰ, ਕਿਉਂ ਨਾ ਤੁਸੀਂ ਆਪਣੇ ਉਸ ਦੋਸਤ ਨੂੰ ਕੰਟੈਕਟ ਕਰੋ ਜਿਹਦੇ ਬਾਰੇ ਤੁਸੀਂ ਹਮੇਸ਼ਾ ਦੱਸਦੇ ਰਹਿੰਦੇ ਹੋ ਵੀ ਬਾਹਰ ਰਹਿੰਦਾ। ਚਲੋ ਚਿੜੇ ਮੇਰੇ ਜਿਗਰੀ ਯਾਰ, ਮੇਰੇ ਦਿਲ ਦੇ ਹੀ ਨਹੀਂ, ਮੇਰੇ ਘਰਾਂ ਦੇ ਵੀ ਨਜ਼ਦੀਕ ਰਹਿੰਦੇ ਨੇ, ਛੱਡ ਉਹਨਾਂ ਨੇ ਮਦਦ ਨਹੀਂ ਕੀਤੀ, ਤਾਂ ਇਹ ਸੱਤ ਸਮੁੰਦਰੋਂ ਪਾਰ ਰਹਿੰਦਾ, ਮੇਰੀ ਕੀ ਮਦਦ ਕਰਨੀ, ਪਤਾ ਨਹੀਂ ਕੀ ਹੋਣਾ ਕਰੋੜ ਆ ਲੈ ਚੱਕ, ਮੈਂ ਆ ਗਿਆ, ਆ ਲੈ ਚੱਕ ਮੈਂ ਆ ਹੋ ਗਈ ਗੱਲ ਜੀ, 1 ਕਰੋੜ ਦੀ, 1 ਕਰੋੜ ਤੇ ਬੋਲੀ ਪਹੁੰਚ ਗਈ, 1 ਕਰੋੜ 1, 1 ਕਰੋੜ 2, 1 ਕਰੋੜ 3। ਬਾਈ ਜੀ ਨਾ, ਪ੍ਰਦੀਪ ਸ਼ਰਮਾ। ਪ੍ਰਦੀਪ ਸ਼ਰਮਾ ਤਾਂ ਪਹਿਲਾਂ ਮਾਲਕਾਂ ਦਾ ਨਾਂ ਸੀ। ਜਿਸ ਦਾ ਰੈਸਟੋਰੈਂਟ ਸਹੀ, ਉਸਦਾ ਹੀ ਹੈ ਅਤੇ ਉਸਦਾ ਹੀ ਰਹੂਗਾ। ਇੱਕ ਵਾਰ ਫੋਨ ਤੱਕ ਕਰਦਾ ਯਾਰ, ਅਤੇ ਇੱਕ ਵਾਰ ਮੈਨੂੰ ਪੁੱਛਿਆ ਤੱਕ ਨਹੀਂ, ਫੋਨ ਕਰਕੇ ਕੀ ਕਹਿੰਦਾ? ਜਿਹੜੇ ਇੱਥੇ ਕੋਲ ਸੀ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ, ਤੂੰ ਤਾਂ ਫਿਰ ਸੱਤ ਸਮੁੰਦਰੋਂ ਪਾਰ ਬੈਠਾ ਸੀ। ਤੁਸੀਂ ਇਹ ਗੱਲ ਕਿਵੇਂ ਭੁੱਲ ਗਏ ਕਿ ਮੈਂ ਤੁਹਾਡਾ ਯਾਰ ਨਹੀਂ, ਮੈਂ ਤੁਹਾਡਾ ਛੋਟਾ ਭਾਈ ਹਾਂ। ਇੱਕ ਵਾਰ ਤਾਂ ਮੈਨੂੰ ਯਾਦ ਕੀਤਾ ਹੁੰਦਾ। ਇਹ ਰੈਸਟੋਰੈਂਟ ਤੁਹਾਡਾ ਹੀ ਸੀ, ਤੁਹਾਡਾ ਹੀ ਹੈ ਅਤੇ ਤੁਹਾਡਾ ਹੀ ਰਹੂਗਾ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੇ ਵੀਰ, ਮੇਰੇ ਭਰਾ ਦਾ ਰੈਸਟੋਰੈਂਟ ਵਿਕ ਰਿਹਾ, ਉਸੇ ਪਲ ਟਿਕਟ ਕਰਾ ਕੇ ਆਇਆ ਕਿ ਜਿਸ ਯਾਰ ਨੇ ਮੈਨੂੰ ਬਾਹਰ ਭੇਜਣ ਦੇ ਵਿੱਚ ਮੇਰੀ ਐਡੀ ਮਦਦ ਕੀਤੀ, ਉਹਦਾ ਰੈਸਟੋਰੈਂਟ ਮੇਰੀ ਅੱਖਾਂ ਸਾਹਮਣੇ ਵਿਕ ਜਾਂਦਾ, ਕਿਵੇਂ ਹੋ ਸਕਦਾ ਸੀ? ਨਹੀਂ ਆਇਆ ਅੱਜ ਤੋਂ ਇਹ ਰੈਸਟੋਰੈਂਟ ਮੇਰਾ ਨਹੀਂ, ਉਹਨਾਂ ਸਾਰੇ ਮਿੱਤਰਾਂ ਦਾ,
ਉਹਨਾਂ ਸਾਰੇ ਯਾਰਾਂ ਦਾ ਜਿਹੜੇ ਯਾਰੀ ਲਈ ਯਾਨ ਵਾਰਦੇ ਨੇ। ਅੱਜ ਤੋਂ ਇਹਦਾ ਨਾਮ ਢਾਬਾ ਮਿੱਤਰਾਂ ਦਾ। ਸੱਚ ਕਿਹਾ ਸਿਆਣਿਆਂ ਨੇ ਕਿ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਕਈ ਵਾਰ ਜਿਨ੍ਹਾਂ ਤੋਂ ਅਸੀਂ ਬਹੁਤ ਸਾਰੀਆਂ ਉਮੀਦਾਂ ਲਾਉਂਦੇ ਹਾਂ ਉਹ ਸਾਡੀਆਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ। ਪਰ ਕੋਈ ਐਸਾ ਯਾਰ ਜਿਸ ਤੋਂ ਸਾਨੂੰ ਬਿਲਕੁਲ ਕੋਈ ਉਮੀਦ ਨਹੀਂ ਹੁੰਦੀ, ਉਹ ਔਖੇ ਸਮੇਂ ਵਿੱਚ ਆ ਕੇ ਸਾਡੀ ਮਦਦ ਕਰ ਜਾਂਦਾ। ਇਸੇ ਲਈ ਤਾਂ ਕਹਿੰਦੇ ਨੇ ਯਾਰ ਉਹੀ ਜੋ ਔਖੇ ਵੇਲੇ ਨਾਲ ਖੜ ਜਾਵੇ। ਸੋ ਸਲਿਊਟ ਹੈ ਜੀ ਉਹਨਾਂ ਸਾਰੇ ਯਾਰਾਂ ਨੂੰ